ਅੱਜ ਦਾ ਡਾਕਟਰ ਕੰਗ ਸ਼ੋਅ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਬਹੁਤ ਹੀ ਕੋਮਨ ਟੋਪਿਕ 'ਤੇ ਗੱਲ ਕਰਾਂਗੇ, ਉਹ ਹੈਗਾ ਮੋਟਾਪਾ, ਜਿਹਨੂੰ ਅੰਗਰੇਜ਼ੀ 'ਚ ਓਬੀਸਿਟੀ ਕਿਹਾ ਜਾਂਦਾ, ਜਾਂ ਆਪਾਂ ਕਹਿੰਦੇ ਵੀ ਜਿਹੜਾ ਮੋਟਾਪਾ ਬਹੁਤ ਬਿਮਾਰੀਆਂ ਦਾ ਘਰ ਆ। ਸੋ ਇਸ ਟੋਪਿਕ 'ਤੇ ਸਾਡੇ ਨਾਲ ਗੱਲ ਕਰਨ ਲਈ ਅੱਜ ਸਟੂਡੀਓ ਦੇ ਵਿੱਚ ਸਾਡੇ ਡਾਕਟਰ ਜੈਵੰਤ ਰੰਗੀ ਆਏ ਨੇ। ਡਾਕਟਰ ਰੰਗੀ, ਵੈਲਕਮ ਟੂ ਦ ਸਟੂਡੀਓ। ਥੈਂਕ ਯੂ। ਜਿਹੜੇ ਡਾਕਟਰ ਰੰਗੀ ਆ, ਇਹ ਆਪਣੇ ਐਂਡੋਕ੍ਰੀਨੋਲੋਜੀ ਦੇ ਸਪੈਸ਼ਲਿਸਟ ਨੇ, ਇਹ ਡਾਇਬਟੀਜ਼ ਦੇ ਸਪੈਸ਼ਲਿਸਟ ਨੇ, ਜਿਹੜੀਆਂ ਵੀ ਮੈਟਾਬੋਲਿਜ਼ਮ ਜਾਂ ਮੋਟਾਪੇ ਦੀਆਂ ਬਿਮਾਰੀਆਂ ਦੇ ਵੀ ਸਪੈਸ਼ਲਿਸਟ ਨੇ। ਅਤੇ ਆਪਾਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਵੀ ਮੋਟਾਪਾ ਕੀ ਆ, ਕਿੱਦਾਂ ਇਹਨੂੰ ਰੋਕਿਆ ਜਾ ਸਕਦਾ, ਜੇ ਕਿਸੇ ਨੂੰ ਹੋ ਗਿਆ ਤਾਂ ਇਹਦਾ ਕੀ ਇਲਾਜ ਆ, ਕੀ ਇਹਦੇ ਸਾਈਡ ਇਫੈਕਟਸ ਨੇ। ਸੋ ਡਾਕਟਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਵੀ ਮੋਟਾਪਾ ਜਾਂ ਓਬੀਸਿਟੀ ਹੈ ਕੀ ਆ, ਹਾਊ ਯੂ ਡਿਫਾਈਨ ਇਟ ਮੈਡੀਕਲੀ? ਦੇਖੋ ਜੀ, ਮੋਟਾਪਾ ਆਪਾਂ ਉਸਨੂੰ ਕਹਿੰਦੇ ਹਾਂ ਜਦੋਂ ਸਾਡੇ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਹੈਗਾ, ਜਿਹੜਾ ਕਿ ਸਰੀਰ ਨੂੰ ਕੋਈ ਐਨਰਜੀ ਨਹੀਂ ਦੇ ਰਿਹਾ, ਕੋਈ ਫਾਇਦਾ ਨਹੀਂ ਦੇ ਰਿਹਾ, ਪਰ ਐਕਸੈਸਿਵ ਫੈਟ ਹੈਗਾ। ਅਤੇ ਦੇਰ ਇਜ਼ ਅ ਡੈਫੀਨੇਸ਼ਨ, ਅਸੀਂ ਜਿਹਨੂੰ BMI ਕਹਿੰਦੇ ਹਾਂ, ਬੋਡੀ ਮੈਸ ਇੰਡੈਕਸ। ਅਤੇ ਉਸ ਹਿਸਾਬ ਨਾਲ ਜੇ ਤੁਹਾਡਾ ਬੋਡੀ ਮੈਸ ਇੰਡੈਕਸ ਇਜ਼ ਮੋਰ ਦੈਨ 30, ਤਾਂ ਉਹਨੂੰ ਅਸੀਂ ਓਬੀਸਿਟੀ ਕਹਿੰਦੇ ਹਾਂ। ਅਤੇ ਜੇ ਉਹ 25-30 ਦੇ ਵਿੱਚ ਹੈਗਾ ਤਾਂ ਅਸੀਂ ਉਹਨੂੰ ਓਵਰਵੇਟ ਕਹਿੰਦੇ ਹਾਂ। ਸੋ ਆਈਡੀਅਲ ਬੋਡੀ ਵੇਟ ਇਜ਼ ਲੈਸ ਦੈਨ 25 ਇਨ ਮੋਸਟ ਪੀਪਲ ਦੈਟ ਵੀ ਆਰ ਟਰਾਈਂਗ ਟੂ ਅਚੀਵ। ਤਾਂ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਿਵੇਂ ਆਪਾਂ ਕਾਰ ਚਲਾਉਂਦੇ ਹਾਂ, ਉਹਦੇ 'ਚ ਇੱਕ ਸਪੀਡ ਦਾ ਮੀਟਰ ਲੱਗਿਆ ਹੁੰਦਾ, ਉਹ ਤੋਂ ਪਤਾ ਲੱਗਦਾ ਵੀ ਕਾਰ ਕਿੰਨੀ ਤੇਜ਼ ਜਾ ਰਹੀ ਆ, ਵੀ ਹਰ ਇਨਸਾਨ ਨੂੰ ਆਪਣੀ BMI ਪਤਾ ਹੋਣੀ ਚਾਹੀਦੀ ਆ। ਅਕਸਰ ਲੋਕਾਂ ਨੂੰ ਪਤਾ ਨਹੀਂ ਹੁੰਦੀ। ਬਿਲਕੁਲ ਬਿਲਕੁਲ, ਆਈ ਥਿੰਕ ਜਿਹੜੀ BMI ਆ, ਤੁਹਾਡਾ ਤੁਹਾਡੀ ਹਾਈਟ, ਤੁਹਾਡੀ ਵੇਟ ਨੂੰ ਮਿਲਾ ਕੇ ਉਹਦੇ 'ਚ ਇਹਨੂੰ ਕੈਲਕੂਲੇਟ ਕਰਦਾ, ਰਾਈਟ? ਤੁਹਾਡੀ ਹਾਈਟ ਦੇ ਅਕੋਰਡਿੰਗਲੀ ਤੁਹਾਡਾ ਕਿੰਨਾ ਵੇਟ ਹੋਣਾ ਚਾਹੀਦਾ, ਉਹਦੇ ਨਾਲ ਅਸੀਂ ਡਿਟਰਮਿਨ ਕਰਨੇ ਕਿ ਤੁਹਾਡਾ। ਕਈ ਵਾਰ ਇਹ ਵੀ ਕਿਹਾ ਜਾਂਦਾ ਵੀ ਇਹ ਥੋੜ੍ਹੀ ਗੱਲ ਕਲੈਰੀਫਾਈ ਕਰੋ, ਵੀ ਕੀ ਕਹਿ ਦਿੰਦੇ ਜੀ, ਸਾਡੇ ਤਾਂ ਜੀ ਸਾਰੇ ਹੀ ਪਰਿਵਾਰ 'ਚ ਗੋਲ ਮੋਲ ਜਿਹੇ ਹੁੰਦੇ, ਅਸੀਂ ਤਾਂ ਇੱਦਾਂ ਹੀ ਆ ਕੁਦਰਤੀਆਂ, ਅਤੇ ਉਹ ਕਹਿੰਦੇ ਜੀ ਉਹ ਸਾਰਾ ਕੁਝ ਖਾਈ ਜਾਂਦੇ ਉਹ ਫਿਰ ਵੀ ਮੋਟੇ ਨਹੀਂ ਹੁੰਦੇ, ਇਹ ਵੀ ਕੋਈ ਥੋੜ੍ਹਾ ਬਹੁਤਾ ਫਰਕ ਹੁੰਦਾ ਲੋਕਾਂ ਦੇ ਜੈਨੈਟਿਕਸ 'ਚ ਜਾਂ ਮੈਟਾਬੋਲਿਜ਼ਮ ਦੇ ਵਿੱਚ? ਯਾ, ਆਈ ਥਿੰਕ ਮੋਟਾਪਾ ਬਹੁਤ ਚੀਜ਼ਾਂ ਨਾਲ ਇਨਫਲੂਐਂਸ ਹੁੰਦਾ। ਲੇਟਲੀ ਅਸੀਂ ਮੋਟਾਪਾ ਬਹੁਤ ਜ਼ਿਆਦਾ ਦੇਖ ਰਹੇ ਹਾਂ ਅਮੈਰੀਕਾ 'ਚ ਸਪੈਸ਼ਲੀ, ਮੋਟਾਪਾ ਵੱਧ ਰਿਹਾ ਸੀ ਅੰਟਿਲ 2003, ਉਦੋਂ ਤੋਂ ਬਾਅਦ ਥੋੜ੍ਹਾ ਜਿਹਾ ਬੈਲੈਂਸ ਹੋਇਆ, ਫਿਰ ਵੀ ਬਹੁਤ ਜ਼ਿਆਦਾ 2/3 ਲੋਕ ਨੇ ਜਿਹੜੇ ਕਿ ਆਰ ਕੌਂਸਟੈਂਟਲੀ ਸਟਰਗਲਿੰਗ ਵਿਦ ਵੇਟ ਲੋਸ। ਐਂਡ ਯੂਜਲੀ ਇੰਡੀਆ ਇਹਨੂੰ ਫੋਲੋ ਕਰਦਾ ਹੈ, ਅਤੇ ਆਪਣੀ ਇੰਡੀਅਨ ਪਾਪੂਲੇਸ਼ਨ ਜਿਹੜੀ ਇੱਥੇ ਹੈਗੀ ਹੈ, ਦੇ ਆਰ ਵੈਰੀ ਮੱਚ ਪੈਰਲਲ ਟੂ ਦੀ ਅਮੈਰੀਕਨਸ ਐਜ਼ ਵੈਲ। ਐਂਡ ਇਹਦਾ ਵੱਡਾ ਕੋਜ਼ ਹੈਗਾ ਬਿਕੋਜ਼ ਆਫ ਪਲੈਂਟੀ ਆਫ ਫੂਡ ਐਂਡ ਵੀ ਆਰ ਨੋਟ ਦੈਟ ਐਕਟਿਵ। ਸੋ ਉਹਨਾਂ ਦੋ ਗੱਲਾਂ ਨਾਲ ਰਲ ਕੇ ਮੋਟਾਪਾ ਜ਼ਿਆਦਾ ਹੋ ਰਿਹਾ। ਐਂਡ ਔਫਕੋਰਸ ਇਹਦੇ ਨਾਲ ਬਾਕੀ ਫੈਕਟਰਸ ਵੀ ਇਨਫਲੂਐਂਸ ਕਰਦੇ ਹਨ, ਜੈਨੈਟਿਕਸ ਇਜ਼ ਵਨ ਆਫ ਦੈਮ। ਸੋ ਜੇ ਤੁਹਾਡੀ ਫੈਮਿਲੀ 'ਚ ਮੋਟਾਪੇ ਦੀ ਜ਼ਿਆਦਾ ਟੈਂਡੈਂਸੀ ਹੈਗੀ ਹੈ, ਤਾਂ ਓਬਵੀਅਸਲੀ ਤੁਸੀਂ ਮੋਰ ਚਾਂਸਿਸ ਵੀ ਤੁਹਾਡੇ ਵਜਨ ਥੋੜ੍ਹਾ ਜ਼ਿਆਦਾ ਹੋਏ। ਤੁਹਾਡਾ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਅੱਜ ਤੋਂ 30-40 ਸਾਲ ਪਹਿਲਾਂ ਅਤੇ ਜਿਹੜਾ ਹੁਣ ਦਾ ਲਾਈਫ ਸਟਾਈਲ ਹੈਗਾ, ਇਹਦੇ ਵਿੱਚ ਕਾਫੀ ਫਰਕ ਹੈ, ਅਤੇ ਉਹ ਕੀ ਫਰਕ ਹੈ, ਕੀ ਅੱਗੇ ਨਾਲੋਂ ਮੋਟਾਪਾ ਜ਼ਿਆਦਾ ਹੋ ਰਿਹਾ ਅਤੇ ਕਿਉਂ ਹੋ ਰਿਹਾ? ਆਈ ਥਿੰਕ ਇਹ ਬਹੁਤ ਇੰਪੋਰਟੈਂਟ ਗੱਲ ਹੈ, ਬਿਕੋਜ਼ ਡੈਫੀਨੇਟਲੀ ਮੋਟਾਪਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਹੋ ਰਿਹਾ। ਐਂਡ ਉਹਦਾ ਮੇਨ ਰੀਜ਼ਨ ਇਹ ਹੈ ਕਿ ਅਸੀਂ ਐਕਟਿਵ ਨਹੀਂ ਹੈ ਹੁਣ ਜਿੰਨਾ ਅਸੀਂ ਇੱਕ ਟਾਈਮ 'ਤੇ ਉਹਨੂੰ ਕਹਿੰਦੇ ਸੀ ਹੰਟਰਸ ਐਂਡ ਗੈਦਰਰਸ, ਲੋਕਾਂ ਨੇ ਜਾ ਕੇ ਲੱਭਣਾ ਸੀ ਖਾਣਾ, ਤਾਜ਼ਾ ਖਾਣਾ ਬਣਾਉਣਾ ਸੀ, ਅਤੇ ਹੁਣ ਸਾਨੂੰ ਸਭ ਬਣਿਆ ਬਣਾਇਆ ਮਿਲਦਾ, ਅਤੇ ਅਸੀਂ ਜਾ ਕੇ ਲੱਭਦੇ ਨਹੀਂ ਖਾਣਾ, ਘਰ ਤਿਆਰ ਹੁੰਦਾ। ਔਰ ਫਾਸਟ ਫੂਡ, ਦੈਟਸ ਅ ਬਿਗੈਸਟ ਕੰਸਰਨ। ਫਾਸਟ ਫੂਡ ਜਿੰਨਾ ਅਮੈਰੀਕਾ 'ਚ ਆਇਆ ਸੀ, ਉਨਾ ਹੀ ਅੱਗੇ ਜਾ ਕੇ ਬਾਕੀ ਕੰਟਰੀਜ਼ 'ਚ ਜਾ ਕੇ ਮੋਟਾਪਾ ਉਨਾ ਹੀ ਵੱਧ ਰਿਹਾ। ਸੋ ਉਹ ਸਭ ਤੋਂ ਵੱਡਾ ਕੋਜ਼ ਉਹ ਹੈਗਾ ਕਿ ਸਾਨੂੰ ਖਾਣਾ ਰੈਡੀਮੇਡ ਬਣਨਾ, ਅਤੇ ਉਹਦੇ ਵਿੱਚ ਜਿਹੜਾ ਉਹਦੀ ਅਮਾਊਂਟ ਹੈਗੀ ਹੈ ਉਹ ਬਹੁਤ ਜ਼ਿਆਦਾ ਹੈਗਾ, ਪਲੱਸ ਜਿਹੜੀ ਕੁਆਲਿਟੀ ਐਂਡ ਕੁਆਂਟਿਟੀ ਬੋਥ ਹੈਵ ਚੇਂਜਡ ਐਂਡ ਟ੍ਰੈਮੈਂਡਸ। ਜਿਹੜੀਆਂ ਮੋਟਾਪੇ ਨਾਲ ਬਿਮਾਰੀਆਂ ਜੁੜੀਆਂ ਨੇ, ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸੋ। ਸੋ ਮੋਟਾਪੇ ਦੀਆਂ ਬਿਮਾਰੀਆਂ ਡਿਪੈਂਡਸ ਅਲੋਟ ਵੀ ਤੁਹਾਡੀ ਜੈਨੈਟਿਕਸ ਨਾਲ ਵੀ ਬਹੁਤ ਫਰਕ ਪੈਂਦਾ। ਜੇ ਤੁਹਾਡੇ ਆਲਰੇਡੀ ਜੈਨੈਟਿਕਲੀ ਤੁਸੀਂ ਐਕਸਪੋਜ਼ਡ ਹੈਗੇ ਹੈ ਹਾਰਟ ਦੀ ਬਿਮਾਰੀਆਂ ਨਾਲ, ਤੁਹਾਡੀਆਂ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਡਾਇਬੀਟੀਜ਼ ਹੈ, ਅਤੇ ਤੁਹਾਡੇ ਚਾਂਸਿਸ ਆਫ ਗੈਟਿੰਗ ਦੋਜ਼ ਇਜ਼ ਪ੍ਰੀਮੈਚੋਰ, ਥੋੜ੍ਹਾ ਜਲਦੀ ਹੋ ਜਾਏਗਾ ਜੇ ਤੁਹਾਡਾ ਆਲਰੇਡੀ ਵਜ਼ਨ ਜ਼ਿਆਦਾ ਹੋ ਰਿਹਾ। ਅਤੇ ਜੇ ਤੁਹਾਡੇ ਜੈਨੈਟਿਕਲੀ ਐਕਸਪੋਜ਼ਰ ਹੈਗਾ ਅਤੇ ਤੁਹਾਡਾ ਵਜ਼ਨ ਤੁਸੀਂ ਕੰਟਰੋਲ 'ਚ ਰੱਖੋਗੇ, ਤਾਂ ਤੁਸੀਂ ਉਹਨੂੰ ਡਿਲੇਅ ਕਰ ਸਕਦੇ ਹਾਂ, ਯੂ ਨੋ, ਮੇ ਬੀ ਨੋਟ ਪ੍ਰੀਵੈਂਟ ਬਟ ਡਿਲੇਅ ਕਰ ਸਕਦੇ ਹਾਂ। ਔਫਕੋਰਸ ਇਫ ਯੋਰ ਲਾਈਫ ਸਟਾਈਲ ਇਜ਼ ਮੱਚ ਡਿਫਰੈਂਟ ਕੰਪੇਅਰ ਟੂ ਯੋਰ ਰੈਸਟ ਆਫ ਦ ਫੈਮਿਲੀ, ਦੈਨ ਯੂ ਕੈਨ ਈਵਨ ਪ੍ਰੀਵੈਂਟ ਇਟ ਟੂ ਸਰਟਨ ਐਕਸਟੈਂਟ। ਅਤੇ ਸਭ ਤੋਂ ਜ਼ਿਆਦਾ ਡਾਇਬਿਟੀਜ਼ ਮੋਸਟ ਕਾਮਨ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਰਿਸਕ ਆਫ ਸਟ੍ਰੋਕ, ਜੋੜਾਂ ਦਾ ਦਰਦ ਬਹੁਤ ਬਹੁਤ ਕਾਮਨ ਹੈ, ਹਾਰਟ ਬਰਨ, ਯੂ ਨੋ, ਸਮਥਿੰਗ ਦੈਟ ਵੀ ਨੋਰਮਲੀ ਡੋਂਟ ਨੋਟਿਸ, ਲੋਕਾਂ ਨੂੰ ਬਹੁਤ ਹੁੰਦਾ ਕਿ ਬਦਹਜ਼ਮੀ ਹੋ ਰਹੀ ਹੈ ਜੀ, ਮੈਨੂੰ ਖੱਟੇ ਨਿਕਾਰ ਆ ਰਹੇ ਨੇ, ਰਿਫਲਕਸ ਹੋ ਰਿਹਾ, ਦੈਟ ਇਜ਼ ਵੈਰੀ ਮੱਚ ਰਿਲੇਟਡ ਟੂ ਓਬੀਸਿਟੀ। ਸੋ ਡਾਕਟਰ ਸਾਹਿਬ, ਦੱਸੋ ਵੀ ਕਿੱਦਾਂ ਅੱਜ ਕੱਲ੍ਹ ਦੇ ਜਿੱਦਾਂ ਆਪਾਂ ਜੀਵਨ 'ਚ ਰਹਿ ਰਹੇ ਹਾਂ,
ਭੱਜ ਦੌੜ ਦੀ ਜ਼ਿੰਦਗੀ 'ਚ ਸਾਰੇ ਪਏ ਹੋਏ ਨੇ, ਕਿਸ ਤਰ੍ਹਾਂ ਮੋਟਾਪੇ ਤੋਂ ਬਚਣਾ ਚਾਹੀਦਾ, ਕੀ ਮਤਲਬ ਸਟੈਪਸ ਦੱਸੋ ਵੀ ਕਿਹੜੇ ਕਿਹੜੇ ਸਟੈਪ ਆਪਾਂ ਨੂੰ ਲੈਣੇ ਚਾਹੀਦੇ ਜਿਹਦੇ ਨਾਲ ਕਿ ਆਪਾਂ ਮੋਟਾਪੇ ਤੋਂ ਕਿਸੇ ਹੱਥਾਂ ਹੀ ਬਚ ਸਕਦੇ ਹਾਂ? ਯਾ ਸੋ ਮੋਟਾਪੇ ਦਾ ਮੈਂ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਵੀ ਇੱਕ ਤਾਂ ਹੈ ਕਿ ਜਿਹੜਾ ਲੋਕ ਪ੍ਰੀਵੈਂਟ ਕਰ ਰਹੇ ਨੇ, ਰਾਈਟ, ਵੀ ਜਿਹੜਾ ਮੋਟਾਪਾ ਹੋਣ ਤੋਂ ਰੋਕਣਾ ਚਾਹੁੰਦੇ ਆ ਉਹਦੇ ਸਟੈਪਸ ਡਿਫਰੈਂਟ ਹੋਣਗੇ, ਇੱਕ ਜਿਹੜਾ ਆਲਰੇਡੀ ਜਿਸਨੇ ਵੇਟ ਗੇਨ ਕੀਤਾ ਹੋਇਆ ਉਹਦੇ ਸਟੈਪਸ ਡਿਫਰੈਂਟ ਹੋਣਗੇ, ਅਤੇ ਇੱਕ ਜਿਹਨੇ ਬਹੁਤ ਜ਼ਿਆਦਾ ਵੇਟ ਗੇਨ ਕੀਤਾ ਹੋਇਆ ਪਲੱਸ ਉਹਨਾਂ ਨੂੰ ਮੈਡੀਕਲ ਪ੍ਰੋਬਲਮਸ ਵੀ ਨੇ, ਆਈ ਵੁੱਡ ਕੈਟੇਗਰਾਈਜ਼ ਇਨ ਅ ਡਿਫਰੈਂਟ ਕੈਟੇਗਰੀ। ਪ੍ਰੀਵੈਂਸ਼ਨ ਲਈ ਆਈ ਵੁੱਡ ਡੈਫੀਨੇਟਲੀ ਸੇ ਡਾਇਟ, ਸਭ ਤੋਂ ਪਹਿਲਾਂ ਤੁਸੀਂ ਆਪਣੀ ਗੋਲ ਵੇਟ ਦੇਖੋ, ਤੁਹਾਡਾ ਵੇਟ ਕਿੰਨਾ ਹੋਣਾ ਚਾਹੀਦਾ, ਆਪਣੇ ਡਾਕਟਰ ਨਾਲ ਗੱਲ ਕਰੋ, ਜਿੰਨਾ ਤੁਹਾਡਾ ਗੋਲ ਹੋਣਾ ਚਾਹੀਦਾ ਵੇਟ ਉਸਦੇ ਉਸਨੂੰ ਟਾਰਗੇਟ ਰੱਖਦੇ ਹੋਏ ਤੁਸੀਂ ਆਪਣਾ ਡਾਇਟ ਵਾਚ ਕਰੋਗੇ, ਐਂਡ ਡਾਇਟ ਐਂਡ ਲਾਈਫ ਸਟਾਈਲ, ਦੈਟਸ ਅ ਪ੍ਰਾਈਮਰੀ ਥਿੰਗ। ਬਹੁਤ ਵੱਡਾ ਟੌਪਿਕ ਹੈ, ਇੰਨੇ ਟਾਈਮ 'ਚ ਕਰਨਾ ਮੁਸ਼ਕਿਲ ਹੈ, ਪਰ ਮੋਟੀਆਂ ਮੋਟੀਆਂ ਗੱਲਾਂ ਦੱਸੋ ਵੀ ਕਿਹੜੀਆਂ ਡਾਇਟ 'ਚ ਚੀਜ਼ਾਂ ਜਿਹੜੀਆਂ ਬਿਲਕੁਲ ਨੋ ਨੇ, ਕਈ ਲੋਕ ਤਾਂ ਕਹਿੰਦੇ ਵੀ ਫਰਿੱਜ ਨੂੰ ਘਰੋਂ ਕੱਢ ਦਿਓ ਜੀ। ਰਾਈਟ ਰਾਈਟ, ਸੋ ਡਾਇਟ ਦੀਆਂ ਜੇ ਤੁਸੀਂ ਮੋਟੀਆਂ ਮੋਟੀਆਂ ਗੱਲਾਂ ਦੇਖਣਾ ਚਾਹੁੰਦੇ ਆ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਹੈ ਕਿ ਪੈਕੇਜ ਫੂਡ ਨਾਲ ਲੈ ਕੇ ਆਓ, ਯੂ ਨੋ, ਜਿੰਨੇ ਵੀ ਬੱਚਿਆਂ ਨੂੰ ਮੈਂ ਅੱਜ ਕੱਲ੍ਹ ਲਈ ਸਿਖਾਉਂਦੀ ਹੁੰਦੀ ਹਾਂ ਕਿ ਬੋਕਸਡ ਫੂਡ, ਯੂ ਨੋ, ਬੋਕਸਡ ਔਰ ਕੈਨਡ ਫੂਡ ਜਿੰਨੇ ਵੀ ਨੇ ਉਹਦੇ ਨਾਲ ਡੈਫੀਨੇਟਲੀ ਤੁਹਾਨੂੰ ਰਿਸਕ ਹੈਗਾ ਜ਼ਿਆਦਾ, ਇੱਕ ਤਾਂ ਉਹਦੇ 'ਚ ਹਿਡਨ ਕੈਲਰੀਜ਼ ਹੁੰਦੀਆਂ ਜਿਹੜੀਆਂ ਤੁਹਾਨੂੰ ਪਤਾ ਨਹੀਂ ਚੱਲਦੀਆਂ, ਪਲੱਸ ਉਹ 'ਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਆ ਜਿਹੜੀ ਕਿ ਉਹ ਡਿਸਪਲੇ ਨਹੀਂ ਸਹੀ ਤਰ੍ਹਾਂ ਨਾਲ ਕਰਦੇ, ਅਤੇ ਸਾਨੂੰ ਆਮ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ ਗਾ ਕਿ ਉਹ 'ਚ ਸ਼ੂਗਰ ਕਿੰਨੀ ਹੈਗੀ ਆ, ਸੋ ਉਸ ਕਰਕੇ ਵਧਣ ਦਾ ਬਹੁਤ ਡਰ ਹੁੰਦਾ। ਦੂਸਰਾ, ਸੋ ਤਾਜ਼ੀ ਸਬਜ਼ੀ ਬਣਾਉਣੀ, ਤਾਜ਼ੀ ਖਾਣਾ ਖਾਣਾ, ਐਂਡ ਕੰਟਰੋਲ ਯੂਰ ਪੋਰਸ਼ਨਸ, ਯੂ ਨੋ, ਆਈ ਥਿੰਕ ਦੈਟਸ ਵਾਟ ਇਜ਼ ਅ ਮੇਨ ਥਿੰਗ। ਦੇਰ ਸਮਥਿੰਗ ਕਾਲ ਸਟਾਈਟੀ ਐਂਡ ਦੇਰ ਸਮਥਿੰਗ ਕਾਲ ਹੰਗਰ, ਅਸੀਂ ਨਾ ਓਵਰ ਟਾਈਮ ਉਹਨਾਂ ਗੱਲਾਂ ਨੂੰ ਭੁੱਲ ਚੁੱਕ ਚੁੱਕੇ ਹਾਂ। ਆਮ ਬੰਦੇ ਨੂੰ, ਦੇ ਵਾਜ਼ ਅ ਸਟੱਡੀ ਦੈਟ ਵਾਜ਼ ਡਨ ਇਨ ਅਮੈਰੀਕਾ ਵੇਅਰ ਦੇ ਟਰਾਈ ਟੂ ਸੀ ਵੀ ਲੋਕਾਂ ਨੂੰ ਭੁੱਖ ਦਾ ਸਿਗਨਲ ਪਤਾ ਲੱਗਦਾ ਕਿ ਨਹੀਂ, ਐਂਡ ਇਟਸ ਅਮੇਜ਼ਿੰਗ ਕਿ ਲੋਕ ਰੋਟੀ ਲੱਭਦੇ ਨੇ ਔਰ ਖਾਣਾ ਲੱਭਦੇ ਨੇ ਵੈਨ ਦੇ ਆਰ ਥਰਸਟੀ। ਸੋ ਪਿਆਸ ਅਤੇ ਭੁੱਖ 'ਚ ਫਰਕ ਪਤਾ ਹੋਣੀ ਚਾਹੀਦੀ ਹੈ, ਤੁਹਾਡਾ ਪੇਟ ਕਦੋਂ ਭਰ ਗਿਆ ਉਹ ਤੁਹਾਨੂੰ ਰਿਅਲਾਈਜ਼ ਹੋਣਾ ਚਾਹੀਦਾ। ਸੋ ਯੂ ਗਾਟ ਟੂ ਪੇ ਅਟੈਂਸ਼ਨ ਟੂ ਜੋ ਅਸੀਂ ਖਾ ਰਹੇ ਹਾਂ, ਆਪਦੀਆਂ ਆਦਤਾਂ ਨਾਲ ਧਿਆਨ ਕਰੋ, ਰਾਦਰ ਦੈਨ ਕਿ ਤੁਸੀਂ ਪਲੇਟ ਭਰ ਲਈ ਅਤੇ ਖਾਣਾ ਖਤਮ ਕੀਤਾ। ਰਾਈਟ, ਚਲੋ ਆਪਾਂ ਸਿੰਪਲ ਕਰੀਏ, ਪ੍ਰੀਵੈਂਸ਼ਨ ਹੋ ਗਈ, ਤੁਸੀਂ ਤਾਂ ਕਿਹਾ ਪੋਰਸ਼ਨ ਘਟਾ ਦਿਓ ਅਤੇ ਬੈਟਰ ਚੋਇਸਿਸ, ਹਾਂ ਉਹ ਚੀਜ਼ਾਂ ਬੈਟਰ ਚੋਇਸਿਸ ਕਰੋ। ਚਲੋ ਆਪਾਂ ਹੁਣ ਅੱਗੇ ਵੀ ਜਿਹੜੇ ਇਨਸਾਨ ਦੀ BMI 30 ਅਤੇ 40 ਵਿਚਕਾਰ ਆਵੇ, ਉਹ ਮੋਟਾਪਾ ਔਰ ਓਬੀਸਿਟੀ ਆ, ਅਤੇ ਉਹਦੇ ਲਈ ਕਿਹੜੀਆਂ ਚੀਜ਼ਾਂ ਆਪਾਂ, ਜਿਹੜੇ 3-4 ਪੁਆਇੰਟ ਦੱਸੋ ਮੋਟੇ ਮੋਟੇ ਜਿਹੜੇ ਆਪਾਂ ਕਰ ਸਕਦੇ ਹਾਂ? ਜਿਹੜੇ ਲੋਕਾਂ ਨੂੰ ਆਲਰੇਡੀ ਮੋਟਾਪਾ ਹੈ, ਡੈਫੀਨੇਟਲੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਟੂ ਥਿੰਕ ਲੇਟ, ਦੇ ਹੈਵ ਟੂ ਸਟਾਰਟ ਮੇਕਿੰਗ ਗੋਲਸ, ਟਾਕ ਟੂ ਯੂਰ ਡਾਕਟਰ, ਤੁਹਾਡਾ ਕਿੰਨਾ ਵੇਟ ਹੋਣਾ ਚਾਹੀਦਾ ਅਤੇ ਉਸ ਦੇ ਮੁਤਾਬਿਕ ਤੁਸੀਂ ਆਪਣਾ ਪਲਾਨ ਬਣਾਓ। ਅਕਸਰ ਪਤਾ ਕੀ ਹੁੰਦਾ, ਮਰੀਜ਼ ਡਾਕਟਰ ਕੋਲ ਜਾਂਦਾ, ਡਾਕਟਰ ਵੀ ਬਹੁਤ ਐਫਰਟ ਨਹੀਂ ਕਰਦੇ, ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਡਾਇਟ ਐਕਸਰਸਾਈਜ਼ ਕਰ ਲਓ, ਪਰ ਉਹ ਤੁਹਾਨੂੰ ਐਕਸਪਲੇਨ ਨਹੀਂ ਕਰਦਾ ਵੀ ਕੀ ਕਰਨਾ। ਅਤੇ ਦੂਜੇ ਪਾਸੇ ਮਰੀਜ਼ ਨੂੰ ਪੁੱਛੋ ਤੁਸੀਂ ਖਾਂਦੇ ਹੋ, ਆਪਣੇ ਖਾਸ ਕਰਕੇ ਪੰਜਾਬੀ ਕਹਿਣਗੇ ਮੈਂ ਤਾਂ ਬਸ ਇੱਕੇ ਰੋਟੀ ਖਾਂਦਾ ਜੀ। ਸੋ ਇਹ ਚੀਜ਼ ਨੂੰ ਥੋੜ੍ਹਾ ਐਕਸਪਲੇਨ ਕਰੋ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਬੰਦ ਕਰੀਏ ਜਾਂ ਘਟਾਈਏ। ਆਟਾ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ, ਯੂ ਨੋ, ਆਟਾ ਜੇ ਤੁਸੀਂ ਪਾਉਂਦੀ, ਮੈਦਾ ਹੋ ਗਿਆ, ਆਟਾ ਹੋ ਗਿਆ, ਭਾਵੇਂ ਜੇ ਤੁਸੀਂ ਰੋਟੀ ਦੇ ਢੰਗ ਨਾਲ ਖਾ ਲਓ ਜਾਂ ਪਰੌਂਠਾ ਖਾ ਰਹੇ ਜਾਂ ਚੌਲ ਖਾ ਰਹੇ ਹਾਂ, ਦੈਟਸ ਅਨਦਰ, ਆਲੂ, ਕਾਰਬੋਹਾਈਡਰੇਟਸ, ਹਾਂਜੀ, ਪਾਸਤਾ ਹੋ ਗਿਆ। ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਜਿਹੜਾ ਕਿ ਜਿਸ ਦੇ ਨਾਲ ਕਿ ਸਾਡਾ ਵਜ਼ਨ ਜ਼ਿਆਦਾ ਵੱਧਦਾ ਹੈਗਾ। ਸੋ ਉਹ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਹੈ ਕਿ ਅਲਟਰਨੇਟਿਵ ਕੀ ਖਾਣਾ ਚਾਹੀਦਾ, ਇਹ ਵੀ ਦੱਸੋ ਨਾ ਵੀ ਜੇ ਆਟਾ ਨਹੀਂ ਖਾਣਾ ਉਹਦੀ ਜਗ੍ਹਾ ਬੇਸਣ ਜਾਂ ਕੀ, ਕਿਨੂਆ ਖਾ ਲਓ, ਬੇਸਣ ਜ਼ਿਆਦਾ, ਬੇਸਣ ਵੀ ਠੀਕ ਹੈ। ਜ਼ਿਆਦਾ ਪ੍ਰੋਟੀਨ ਵਾਲੀ ਚੀਜ਼ਾਂ ਖਾਓ, ਚਨੇ ਦਾ, ਦੈਟ ਵਿਲ ਗਿਵ ਯੂ ਮੋਰ ਪ੍ਰੋਟੀਨਸ। ਆਈ ਵੁੱਡ ਸੇ ਵੀ ਤੁਸੀਂ ਜ਼ਿਆਦਾ ਦਾਲਾਂ ਅਤੇ ਸਬਜ਼ੀਆਂ ਜ਼ਿਆਦਾ ਖਾਓ ਅਤੇ ਆਟਾ ਰੋਟੀ ਘੱਟ ਖਾਓ। ਸੋ ਉਹਦੇ ਨਾਲ ਤੁਹਾਨੂੰ ਵਜ਼ਨ ਤੁਹਾਡਾ ਬੈਲੈਂਸ ਹੋਣਾ ਈਜ਼ੀਅਰ ਹੋਣਾ। ਮੀਟ ਲਈ ਫਿਸ਼ ਐਂਡ ਚਿਕਨ, ਲੀਨ ਮੀਟ ਉਹ ਬੈਟਰ ਨੇ ਕੰਪੇਅਰ ਟੂ ਰੈੱਡ ਮੀਟ, ਐਂਡ ਡੈਫੀਨੇਟਲੀ ਆਂਡਾ ਚਿੱਟਾ ਚੰਗਾ ਜਾਂ ਹੋਲ ਐਗ ਚੰਗਾ? ਆਂਡਾ ਇਜ ਡੈਫੀਨੇਟਲੀ, ਵਾਈਟ ਇਜ਼ ਬੈਟਰ ਦੈਨ ਵਿਦ ਦ ਯੈਲੋ, ਵਿਦ ਦ ਹੋਲ ਐਗ, ਬਟ ਜੇ ਕੋਈ ਕੰਟਰੋਲ 'ਚ ਖਾ ਰਿਹਾ, ਜੇ ਹਫ਼ਤੇ 'ਚ ਤੁਸੀਂ ਸਿਰਫ 2 ਦਿਨ ਖਾ ਰਹੇ ਹੋ ਬੋਇਲਡ ਐਗ, ਤਾਂ ਯੂ ਕੈਨ ਹੈਵ ਦ ਹੋਲ। ਪਰ ਤੁਸੀਂ ਚਿੱਟਾ ਤਾਂ ਰੋਜ਼ ਖਾ ਸਕਦੇ ਹੋ ਨਾ? ਚਿੱਟਾ ਤੁਸੀਂ ਰੋਜ਼ ਖਾ ਸਕਦੇ, ਇਨਫੈਕਟ ਤੁਸੀਂ 2 ਅੰਡੇ ਵੀ ਖਾ ਸਕਦੇ ਹਾਂ। ਬ੍ਰੈਕਫਾਸਟ ਦਾ ਆਈਡੀਆ, ਆਈ ਮੀਨ ਆਈ ਲਾਈਕ ਟੂ ਹੈਵ ਇਟ ਐਵਰੀ ਡੇ, ਵੇਅਰ ਆਈ ਹੈਵ ਕਪਲ ਐਗ ਵਾਈਟਸ ਵਿਦ ਸਮ ਸਪਿਨਚ, ਪੀਲਾ ਕੱਢ ਦਿਓ, ਉਹਦੇ 'ਚ ਸਪਿਨਚ ਪਾ ਲਓ, ਪਾਲਕ ਪਾ ਲਓ, ਸਬਜ਼ੀਆਂ ਪਾਓ ਬਹੁਤ ਸਾਰੀਆਂ, ਸ਼ਿਮਲਾ ਮਿਰਚ ਪਾ ਲਓ, ਹਰੀਆਂ ਮਿਰਚਾਂ ਪਾ ਲਓ, ਤੁਸੀਂ ਪਨੀਰ ਵੀ ਪਾ ਸਕਦੇ ਜੇ ਪਾਉਣਾ ਚਾਹੁੰਦੇ ਹਾਂ ਥੋੜ੍ਹਾ ਬਹੁਤ, ਪਰ ਚਿੱਟਾ। ਬਾਕੀ ਨਟਸ ਵਗੈਰਾ ਦਾ ਕੀ ਰੋਲ ਹੈ, ਵਾਲਨਟਸ, ਅਖਰੋਟ, ਬਦਾਮ ਜਾਂ? ਡਾਕਟਰ ਸਾਹਿਬ, ਨਟਸ ਡੈਫੀਨੇਟਲੀ ਅੱਛੇ ਨੇ, ਬਟ ਕੰਟਰੋਲਡ ਅਮਾਊਂਟ, ਅਗੇਨ ਪੋਰਸ਼ਨ ਕੰਟਰੋਲ, ਹੈਂਡਫੁੱਲ ਇਜ਼ ਇਨਫ, ਵਿਚ ਇਜ਼ ਨੋਟ ਮੋਰ ਦੈਨ 8 ਔਰ 10,
ਇਨ ਵਨ ਐਟ ਵਨ ਟਾਈਮ ਸੋ ਯੂਜੂਲੀ ਅਸੀਂ ਕੀ ਕਰਦੇ ਹਾਂ ਬੈਗ ਖੋਲਿਆ ਅਤੇ ਯੂ ਨੋ ਹਾਂਜੀ ਮੂੰਗਫਲੀ ਠੀਕ ਹੈ ਮੂੰਗਫਲੀ ਠੀਕ ਹੈ ਟੂ ਸਰਟਨ ਐਕਸਟੈਂਟ ਬਟ ਆਈ ਵੁੱਡ ਪ੍ਰੀਫਰ ਬਦਾਮ ਅਖਰੋਟ ਇਜ਼ ਗੁੱਡ ਟੂ ਬਦਾਮ ਕਾਜੂ ਕਾਜੂ ਵਿਲ ਨਾਟ ਬੀ ਐਜ਼ ਪ੍ਰੀਫਰਡ ਕੰਪੇਅਰ ਟੂ ਬਦਾਮ ਐਂਡ ਅਖਰੋਟ ਚਲੋ ਇਹ ਹੋ ਗਈਆਂ ਬੇਸਿਕ ਗੱਲਾਂ ਅਤੇ ਹੁਣ ਆਪਾਂ ਉਹਨਾਂ ਦੀ ਗੱਲ ਕਰੀਏ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਥੋੜ੍ਹਾ ਪਹਿਲਾਂ ਆਪਾਂ ਜਾਈਏ ਐਕਸਰਸਾਈਜ਼ ਦੀ ਥੋੜ੍ਹਾ ਦੱਸੋ ਕੀ ਰੋਲ ਹੈਗਾ ਡਾਕਟਰ ਸਾਹਿਬ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਨਾਲ ਬਹੁਤ ਤੁਹਾਡੇ ਬਾਕੀ ਫਾਇਦੇ ਹੁੰਦੇ ਆ ਜਿਹੜੇ ਕਿ ਤੁਹਾਨੂੰ ਸਿਰਫ ਡਾਇਟ ਨਾਲ ਨਹੀਂ ਹੁੰਦੇ ਤੁਹਾਡਾ ਮੈਟਾਬੋਲਿਜ਼ਮ ਵੱਧਦਾ ਐਕਸਰਸਾਈਜ਼ ਨਾਲ ਤੁਸੀਂ ਜੇ ਤੁਸੀਂ ਵਜਨ ਲੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡਾ ਵਜਨ ਲੂਜ਼ ਫਾਸਟਰ ਹੋਏਗਾ ਜੇ ਤੁਸੀਂ ਐਕਸਰਸਾਈਜ਼ ਕਰਦੇ ਹਾਂ ਐਟ ਦ ਸੇਮ ਟਾਈਮ ਤੁਸੀਂ ਥੋੜ੍ਹੇ ਜਿਹੇ ਤੁਹਾਡੇ ਮਾਇੰਡ 'ਚ ਚੇਂਜਿਸ ਆਉਂਦੇ ਜਟ ਦੈਟ ਮੇਕਸ ਯੂ ਹੈਪੀ ਸੋ ਇਟਸ ਮੋਰ ਆਫ ਅ ਇਨਵਾਇਰਮੈਂਟ ਦੈਟ ਕ੍ਰੀਏਟਸ ਯੂ ਹੈਪੀਨੈਸ ਅਲੋਂਗ ਵਿਦ ਵੇਟ ਲੋਸ ਐਜ਼ ਵੈਲ ਸੋ ਬਾਕੀ ਤੁਹਾਡਾ ਮਸਲ ਮੈਸ ਵੱਧਦਾ ਹੈ ਜੇ ਤੁਸੀਂ ਐਕਸਰਸਾਈਜ਼ ਕਰਦੇ ਹਾਂ ਐਂਡ ਦੈਟ ਹੈਲਪਸ ਯੂ ਕੀਪ ਦ ਵੇਟ ਆਫ ਇਨ ਲੋਂਗਰ ਟਰਮ ਸੋ ਬੜੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਵਜਨ ਲੂਜ਼ ਤਾਂ ਹੋ ਜਾਂਦਾ ਹੈ ਪਰ ਉਹਨੂੰ ਮੇਨਟੇਨ ਕਰਨਾ ਮੁਸ਼ਕਿਲ ਹੈ ਯੂ ਨੋ ਲੋਕ ਅਗੇਨ ਦੇ ਗੋ ਬੈਕ ਇਨ ਟੂ ਦ ਸੇਮ ਹੈਬਿਟਸ ਐਂਡ ਦੇ ਸਟਾਰਟ ਈਟਿੰਗ ਦ ਸੇਮ ਵੇ ਐਂਡ ਯੂ ਸਟਾਰਟ ਗੇਨਿੰਗ ਵੇਟ ਸੋ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਰੱਖੋਗੇ ਤਾਂ ਤੁਹਾਡੀ ਮਸਲ ਮੈਸ ਵਧੇਗਾ ਅਤੇ ਉਹਦੇ ਨਾਲ ਤੁਹਾਨੂੰ ਕੈਲਰੀਜ਼ ਬਰਨ ਹੋਣੀਆਂ ਫਾਸਟ ਹੁੰਦੀਆਂ ਸੋ ਕਿੱਦਾਂ ਦੀ ਐਕਸਰਸਾਈਜ਼ ਹੋਣੀ ਚਾਹੀਦੀ ਹੈ ਐਟਲੀਸਟ 150 ਮਿੰਟਸ ਯੂ ਨੋ ਗੱਲ ਆਪਾਂ ਡਿਟੇਲ 'ਚ ਕਰਨੀ ਹੈ ਸੋ ਪਿਆਰੇ ਸਰੋਤੇ ਸਾਨੂੰ ਉਮੀਦ ਹੈ ਕਿ ਤੁਸੀਂ ਹਾਲੇ ਸਾਈਂ ਦਾ ਪ੍ਰੋਗਰਾਮ ਪਸੰਦ ਕਰ ਰਹੇ ਹੋ ਮੋਟਾਪਾ ਇੱਕ ਬਹੁਤ ਹੀ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ ਅਮੈਰੀਕਾ 'ਚ ਸੋ ਆਪਾਂ ਹੁਣ ਤਾਂ ਇਹਦਾ ਮੋਟੀਆਂ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਕੀਤੀਆਂ ਮੋਟਾਪੇ ਬਾਰੇ ਅਤੇ ਅਗਲੇ ਸੈਗਮੈਂਟ 'ਚ ਅਸੀਂ ਕਰਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਕਿੱਦਾਂ ਦੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕੀ ਇਲਾਜ ਆ ਸੋ ਪਲੀਜ਼ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਡਾਕਟਰ ਕਾਂਗ ਸ਼ੋਅ ਪਸੰਦ ਕਰ ਰਹੇ ਹੋ ਅੱਜ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਰੰਗੀ ਨਾਲ ਡਾਕਟਰ ਰੰਗੀ ਐਂਡੋਕ੍ਰੀਨੋਲੋਜਿਸਟ ਨੇ ਅਤੇ ਅਸੀਂ ਮੋਟਾਪੇ ਬਾਰੇ ਗੱਲ ਕਰ ਰਹੇ ਹਾਂ ਸੋ ਡਾਕਟਰ ਰੰਗੀ ਤੁਸੀਂ ਦੱਸ ਰਹੇ ਸੀ ਐਕਸਰਸਾਈਜ਼ ਬਾਰੇ ਵੀ ਐਕਸਰਸਾਈਜ਼ ਦਾ ਮੋਟਾਪੇ 'ਚ ਕੀ ਰੋਲ ਆ ਥੋੜ੍ਹਾ ਜਿਹਾ ਦੱਸੋ ਵੀ ਕਿੱਦਾਂ ਦੀ ਐਕਸਰਸਾਈਜ਼ ਕਰਨੀ ਚਾਹੀਦੀ ਆ ਕਿੰਨਾ ਸਮਾਂ ਕਰਨੀ ਚਾਹੀਦੀ ਆ ਅਤੇ ਕਿੰਨੀ ਵਾਰ ਕਰਨੀ ਚਾਹੀਦੀ ਆ ਹਫ਼ਤੇ ਦੇ ਵਿੱਚ ਸੋ ਡਾਕਟਰ ਸਾਹਿਬ ਮੈਂ ਤਾਂ ਇਹ ਕਹਾਂਗੀ ਕਿ ਐਵਰੀ ਡੇ ਤੁਹਾਡੀ ਐਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਹੈ ਘੱਟੋ ਘੱਟ ਅੱਧਾ ਘੰਟਾ ਜੇ 45 ਮਿੰਟ ਕਰ ਲਓ ਤਾਂ ਬਹੁਤ ਅੱਛੀ ਗੱਲ ਹੈ 45 ਮਿੰਟ ਤੋਂ ਘੰਟਾ ਪਰ ਜੇ ਤੁਸੀਂ ਅੱਧਾ ਘੰਟਾ ਕਰ ਰਹੇ ਹੋ ਤਾਂ ਤੁਹਾਨੂੰ ਐਵਰੀ ਡੇ ਕਰਨੀ ਹੋਏਗੀ 7 ਦਿਨ ਕਰਨੀ ਹੋਏਗੀ ਅਤੇ ਜੇ ਤੁਸੀਂ ਘੰਟਾ ਕਰ ਲੈਂਦੇ ਹਾਂ ਤਾਂ ਤੁਸੀਂ 5 ਦਿਨ ਵੀ ਕਰ ਸਕਦੇ ਹਾਂ ਕਿੱਦਾਂ ਦੀ ਐਕਟੀਵਿਟੀ ਕਰਨੀ ਚਾਹੀਦੀ ਹੈ ਡੈਫੀਨੇਟਲੀ ਤੁਸੀਂ ਵਾਕਿੰਗ ਬ੍ਰਿਸਕ ਵਾਕਿੰਗ ਕਰ ਲਓ ਸੈਰ ਤੇਜ਼ ਕਰ ਲਿਓ ਭੱਜ ਵੀ ਸਕਦੇ ਹਾਂ ਰਨਿੰਗ ਸਟੇਸ਼ਨਰੀ ਬਾਈਕ ਵਰਕਸ ਵੈਲ ਸੋ ਏਰੋਬਿਕ ਕਾਇੰਡ ਦੀ ਐਕਟੀਵਿਟੀ ਐਂਡ ਦੈਨ ਔਨ ਟੋਪ ਆਫ ਦੈਟ ਯੂ ਗੋਟ ਟੂ ਡੂ ਸਮ ਵੇਟਸ ਐਸ ਵੈਲ ਸੋ ਉਹਦੇ ਨਾਲ ਤੁਸੀਂ ਅਗੇਨ ਦੈਟ ਵਿਲ ਹੈਲਪ ਯੂ ਇਨ ਮੇਨਟੇਨੈਂਸ ਆਫ ਵੇਟ ਲੋਸ ਸੋ ਚਲੋ ਆਪਾਂ ਹੁਣ ਉਹ ਮਰੀਜ਼ਾਂ ਦੀ ਗੱਲ ਕਰੀਏ ਵੀ ਜਿਹਨਾਂ ਦੀ BMI 40 ਤੋਂ ਉੱਤੇ ਆ ਜਿਹਨਾਂ ਨੂੰ ਕਿ ਜ਼ਿਆਦਾ ਵੱਡਾ ਮੋਟਾਪਾ ਕਈ ਲੋਕ ਕਹਿੰਦੇ ਵੀ ਅਸੀਂ ਤਾਂ ਖਾਂਦੇ ਹੀ ਨਹੀਂ ਹੈਗੇ ਪਰ ਫਿਰ ਵੀ ਮੋਟੇ ਹੋ ਜਾਂਦੇ ਆ ਕੋਈ ਇੱਦਾਂ ਦੀ ਚੀਜ਼ ਹੈ ਵੀ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਿਸ ਤਰ੍ਹਾਂ ਦੀ ਬਿਮਾਰੀ ਆ ਇਹ ਕੁਛ ਤਾਂ ਹੋਇਆ ਨਾ ਵੀ ਆਪਾਂ ਨੋਇੰਗਲੀ ਖਾ ਰਹੇ ਹਾਂ ਸਵਾਦ ਲੱਗੀ ਚੀਜ਼ ਜ਼ਿਆਦਾ ਖਾ ਰਹੇ ਹਾਂ ਜਾਂ ਐਕਸਰਸਾਈਜ਼ ਨਹੀਂ ਕਰ ਰਹੇ ਕੁਛ ਲੋਕ ਇੱਦਾਂ ਦੇ ਨੇ ਮੈਂ ਜਿਹਨੂੰ ਆਪਾਂ ਮੋਰਬਿਡ ਓਬੇਸਿਟੀ ਕਹਿੰਦੇ ਹਾਂ ਉਹ ਕਿਉਂ ਹੁੰਦੀ ਹੈਗੀ ਆ ਸੋ ਡਾਕਟਰ ਸਾਹਿਬ ਮੋਰਬਿਡ ਓਬੇਸਿਟੀ ਦੇ ਕਾਫੀ ਕਾਰਨ ਨੇ ਸਿਰਫ ਖਾਣਾ ਨਹੀਂ ਹੁੰਦਾ ਸਾਡੇ ਬਹੁਤ ਰਿਸਰਚ ਚੱਲ ਰਹੀ ਹੈ ਅੱਜ ਕੱਲ੍ਹ ਇਸ ਗੱਲ 'ਤੇ ਕਿ ਦੇਰ ਮੈਂਟਲ ਬੈਲੈਂਸ ਆਫ ਸਰਟਨ ਕੈਮੀਕਲਸ ਦੈਟ ਕੈਨ ਚੇਂਜ ਐਸ ਵੈਲ ਅਤੇ ਜਿਸ ਨਾਲ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਹੈ ਪਰ ਅਗੇਨ ਮੈਂ ਇਹ ਦੇਖਣਾ ਚਾਹੁੰਦੀ ਹਾਂ ਕਿ ਭਾਵੇਂ ਦੀ ਜੋ ਮਰਜ਼ੀ ਰੀਜ਼ਨ ਹੋਵੇ ਆਪਾਂ ਬੰਦੇ ਨੂੰ ਤੰਦਰੁਸਤ ਰੱਖਣਾ ਸੋ ਚਾਹੇ ਰੀਜ਼ਨ ਉਹਦਾ ਡਿਫਰੈਂਟ ਵੀ ਹੋਵੇ ਕੈਮੀਕਲ ਰੀਜ਼ਨ ਵੀ ਹੋਵੇ ਤਾਂ ਵੀ ਆਪਾਂ ਨੂੰ ਸਰਟਨ ਸਟੈਪਸ ਕਰਨੇ ਪੈਣੇ ਆ ਟੂ ਹੈਲਪ ਦੈਮ ਲੂਜ਼ ਵੇਟ ਸੋ ਜੇ ਤੁਹਾਡੀ ਮੋਰਬਿਡ ਓਬੀਸਿਟੀ ਹੈਗੀ ਹੈ ਜੇ ਬਹੁਤ ਜ਼ਿਆਦਾ ਵਜ਼ਨ ਹੈਗਾ ਲੂਜ਼ ਕਰਨ ਲਈ ਦੇਰ ਇਜ਼ ਡੈਫੀਨੇਟਲੀ ਲੋਟ ਆਫ ਹੈਲਪ ਯੂ ਨੋ ਆਈ ਆਲਵੇਜ਼ ਫੀਲ ਵੀ ਲੋਕ ਜੇ ਆਪਦੇ ਆਪ ਨੂੰ ਹੈਲਪ ਤੁਸੀਂ ਕਰਨਾ ਚਾਹੋਗੇ ਤਾਂ ਤੁਹਾਡੇ ਕੋਲ ਬਹੁਤ ਹੈਲਪ ਹੈਗੀ ਆ ਐਕਸੈਪਟੈਂਸ ਇਜ਼ ਅ ਫਸਟ ਥਿੰਗ ਯੂ ਨੋ ਆਈ ਆਫਨ ਕਮ ਅਕਰੋਸ ਦਿਸ ਵੇਅਰ ਤੁਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਮੈਂ ਤਾਂ ਠੀਕ ਹੈ ਮੈਨੂੰ ਤਾਂ ਕੁਛ ਨਹੀਂ ਹੋਇਆ ਯੂ ਨੋ ਜਾਂ ਫਿਰ ਮੈਂ ਤਾਂ ਬਹੁਤ ਘੱਟ ਖਾਂਦਾ ਯੂ ਨੋ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਸੀਗੀ ਅਤੇ ਜਦੋਂ ਤੁਸੀਂ ਮੈਂ ਯੂਜਲੀ ਮੇਰੀ ਪ੍ਰੈਕਟਿਸ ਦੇ ਵਿੱਚ ਆਈ ਯੂਜਲੀ ਟੈਲ ਪੇਸ਼ੈਂਟਸ ਟੂ ਬ੍ਰਿੰਗ ਮੀ ਅ ਡਾਇਟ ਡਾਇਰੀ ਸੋ ਉਹਨਾਂ ਨੇ ਲਿਖ ਕੇ ਲੈ ਕੇ ਆਉਣਾ ਹੁੰਦਾ ਕੀ ਖਾਂਦੇ ਨੇ ਐਵਰੀਥਿੰਗ ਦੈਟ ਗੋਜ਼ ਇਨ ਦੇ ਮਾਊਥ ਵਿਚ ਇੰਕਲੂਡਸ ਈਵਨ ਵਾਟਰ ਸੋ ਸਿਰਫ ਜਿਹੜਾ ਪਾਣੀ ਹੈਗਾ ਉਹਨੂੰ ਤੁਸੀਂ ਨਹੀਂ ਗਿਣੋਗੇ ਪਰ ਬਾਕੀ ਜੋ ਵੀ ਕੈਲਰੀਜ਼ ਮੂੰਹ ਜਾ ਰਹੀਆਂ ਅਤੇ ਆਮ ਬੰਦੇ ਨੂੰ ਧਿਆਨ ਨਹੀਂ ਰਹਿੰਦਾ ਕਿ ਕਿੰਨੀ ਕੈਲਰੀਜ਼ ਹੈਗੀਆਂ ਜਿੰਨਾ ਉਹ ਖਾ ਰਹੇ ਨੇ
ਤੇ ਜੇ ਤੁਹਾਨੂੰ ਆਪ ਨੂੰ ਸਮਝ ਨਹੀਂ ਹੈ ਤਾਂ ਤੁਸੀਂ ਡਾਕਟਰ ਕੋਲ ਜਾਓ, ਹੈਲਪ ਲਓ ਅਤੇ ਤੁਸੀਂ ਅੰਡਰਸਟੈਂਡ ਕਰੋ ਕਿੰਨੀਆਂ ਕੈਲਰੀਜ਼ ਘਟਾਉਣੀ ਚਾਹੀਦੀਆਂ। ਦੇਰ ਇਜ਼ ਅ ਸਿੰਪਲ ਫਾਰਮੂਲਾ ਆਲ ਸ਼ੇਅਰ ਵਿਦ ਯੂ। ਟੂ ਲੂਜ਼ 1 pound ਅ ਵੀਕ ਯੂ ਹੈਵ ਟੂ ਲੈਸ ਦੈਨ 3500 ਕੈਲਰੀਜ਼। ਸੇ 3500 ਕੈਲਰੀਜ਼, ਇਟਸ ਨੋਟ ਦੈਟ ਡਿਫੀਕਲਟ। ਤੁਸੀਂ ਜੇ 200-250 ਕੈਲਰੀਜ਼ ਐਵਰੀ ਡੇ ਘੱਟ ਕਰ ਦੋਗੇ ਤੁਹਾਡੇ ਹਫ਼ਤੇ 'ਚ ਪਾਊਂਡ ਲੂਜ਼ ਹੋ ਸਕਦਾ। ਸੋ ਅਗੇਨ ਯੂ ਗੋਟ ਟੂ ਐਡ ਦੈਟ ਵਿਦ ਦੀ ਐਕਸਰਸਾਈਜ਼, ਬਟ ਡਾਇਟ ਹੈਜ਼ ਅ ਮੱਚ ਬਿਗਰ ਰੋਲ ਕੰਪੇਅਰ ਟੂ ਐਕਸਰਸਾਈਜ਼ ਫੋਰ ਵੇਟ ਲੋਸ। ਤੁਹਾਡਾ ਕਹਿਣ ਦਾ ਮਤਲਬ ਵੀ ਐਕਸਰਸਾਈਜ਼ ਜ਼ਰੂਰੀ ਹੈ, ਪਰ ਜਿਹੜਾ ਵੇਟ ਜ਼ਿਆਦਾ ਤੁਹਾਡਾ ਖਾਣੇ ਨਾਲ ਘਟਾਉਣ ਨਾਲ ਫਰਕ ਪੈਂਦਾ। ਖਾਣੇ ਨਾਲ ਡੈਫੀਨਿਟਲੀ ਬਹੁਤ ਜ਼ਿਆਦਾ ਫਰਕ ਪੈਂਦਾ, ਕਿਉਂਕਿ ਐਕਸਰਸਾਈਜ਼ ਤਾਂ 3500 ਕੈਲੋਰੀ ਬਰਨ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਕਰਨੀ ਪੈਣੀ ਹੈ, ਕਿਉਂਕਿ ਇੰਨੀ ਕਰ ਵੀ ਨਹੀਂ ਸਕਦੇ, ਖਾਸ ਕਰਕੇ ਜਦੋਂ ਇੰਨਾ ਜ਼ਿਆਦਾ ਮੋਟਾਪਾ ਹੋ ਜਾਏ। ਸੋ ਰਾਜ, ਆਪਾਂ ਡਾਇਟ ਦੀ ਗੱਲ ਕੀਤੀ, ਐਕਸਰਸਾਈਜ਼ ਦੀ ਗੱਲ ਕੀਤੀ, ਸਾਰਾ ਕੁਛ ਕਰ ਲਿਆ ਅਤੇ ਹਲੇ ਵੀ ਵੇਟ ਨਹੀਂ ਘਟਿਆ, ਤਾਂ ਨੈਕਸਟ ਸਟੈਪ ਕੀ ਆ? ਦੇਖੋ, ਆਈ ਥਿੰਕ ਜੇ ਤੁਹਾਡਾ ਵਜ਼ਨ ਜ਼ਿਆਦਾ ਹੈ, ਦਵਾਈਆਂ ਦਾ ਰੋਲ ਹੈ, ਡੈਫੀਨੇਟਲੀ ਦਵਾਈਆਂ ਦਾ ਰੋਲ ਹੈਗਾ। ਅੱਜ ਕੱਲ੍ਹ ਬਹੁਤ ਲੱਕੀਲੀ ਪਿਛਲੇ 2-3 ਸਾਲਾਂ 'ਚ ਬੜੀਆਂ ਦਵਾਈਆਂ ਆਈਆਂ ਨੇ ਜਿਨ੍ਹਾਂ ਨਾਲ ਕਿ ਵਜ਼ਨ ਲੂਜ਼ ਹੋ ਸਕਦਾ। ਕਿਹੜੀ BMI ਵਾਲਿਆਂ ਦੀ ਕਮਾਂਡ? ਕਈ ਇੱਦਾਂ ਹੁੰਦਾ ਨਾ ਵੀ ਕਈ ਲੋਕ ਅਬਿਊਜ਼ ਵੀ ਕਰਦੇ ਨੇ, ਰਾਈਟ? ਕਈ ਵਾਰੀ ਮੈਂ ਦੇਖਿਆ ਵੀ ਯੰਗ ਲੜਕੀਆਂ ਆ ਜਾਣਗੀਆਂ, ਉਹ ਕਹਿਣਗੀਆਂ ਜੀ ਮੇਰੀ ਮੈਰਿਜ ਡਰੈਸ ਨਹੀਂ ਫਿੱਟ ਹੁੰਦੀ, ਦਵਾਈ ਦੇ ਦਿਓ। ਉਹਨਾਂ ਲਈ ਤਾਂ ਉਹ ਦਵਾਈ ਹੈ ਨਹੀਂ। ਕਿਹੜੀ ਕੈਟਾਗਰੀ ਲਈ ਮੈਡੀਸਨ ਜ਼ਰੂਰੀ ਨੇ? ਸੋ ਦਵਾਈਆਂ ਅਸੀਂ ਉਹਨਾਂ ਨੂੰ ਦਿੰਦੇ ਹਾਂ ਜਿਨ੍ਹਾਂ ਦੀ ਕਿ BMI ਹੈਗੀ ਹੈ ਬਿਟਵੀਨ 30-40 ਵਿਦ ਅ ਮੈਡੀਕਲ ਕੰਡੀਸ਼ਨ, ਜੇ ਉਹਨਾਂ ਨੂੰ ਮੈਡੀਕਲ ਕੰਪਲੀਕੇਸ਼ਨ ਹੈਗੀ ਹੈ, ਕਿਸੇ ਤਰ੍ਹਾਂ ਦੀ ਮੋਟਾਪੇ ਕਰਕੇ ਇੱਕ ਤਕਲੀਫ ਹੈਗੀ ਹੈ, ਅਤੇ ਫਿਰ ਅਸੀਂ ਦਵਾਈ ਦੇ ਸਕਦੇ ਹਾਂ। ਬਟ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਆਪਣਾ ਐਫਰਟ ਸ਼ੋਅ ਕਰਨਾ ਪਏਗਾ ਜ਼ਰੂਰ ਕਿ ਤੁਸੀਂ ਟਰਾਈ ਕੀਤਾ ਅਤੇ ਤੁਸੀਂ ਸਕਸੈਸਫੁਲ ਨਹੀਂ ਹੋ ਪਾਏ। ਫਿਰ ਦਵਾਈਆਂ ਹੈਗੀਆਂ ਜਿਹੜੀਆਂ ਗੋਲੀਆਂ ਤਰ੍ਹਾਂ ਵੀ ਲੈ ਸਕਦੇ ਹਾਂ, ਦੇਰ ਆਰ ਇੰਜੈਕਟੇਬਲਸ ਟੂ ਦੈਟ ਆਰ ਅਵੇਲੇਬਲ। ਅਤੇ ਥਰਡ ਗੱਲ ਹੈਗੀ ਹੈ, ਜੇ ਤੁਹਾਡੀਆਂ ਦਵਾਈਆਂ ਵੀ ਨਹੀਂ ਕੰਮ ਕਰ ਰਹੀਆਂ ਤਾਂ ਸਰਜਰੀ ਵੀ ਪੋਸੀਬਲ ਹੈਗੀ ਹੈ। ਅਤੇ ਸਰਜਰੀ ਲਈ ਵੀ ਜੇ ਤੁਸੀਂ ਜਾਂਦੇ ਹਾਂ ਤਾਂ ਤੁਹਾਨੂੰ ਡਾਕਟਰ ਜਿਹੜੇ ਸਰਜਨ ਨੇ ਉਹ ਦੇਖਣਾ ਚਾਹੁੰਦੇ ਵੀ ਤੁਸੀਂ ਕਿੰਨੇ ਮੋਟੀਵੇਟਡ ਹੈਗੇ ਹੈ। ਸੋ ਤੁਹਾਨੂੰ ਆਪਣਾ ਐਫਰਟ ਜ਼ਰੂਰ ਪਾਉਣਾ ਪਏਗਾ। ਇਹ ਨਹੀਂ ਹੈ ਕਿ ਤੁਸੀਂ ਜਾ ਕੇ ਸਰਜਰੀ ਕਰਾ ਲਓਗੇ ਤਾਂ ਤੁਹਾਡਾ ਵੇਟ ਲੂਜ਼ ਹੋ ਜਾਏਗਾ। ਸੋ ਤੁਹਾਨੂੰ ਪਹਿਲਾਂ 5% ਵੇਟ ਲੂਜ਼ ਕਰਨਾ ਪੈਂਦਾ। ਸੋ ਤੁਸੀਂ ਆਪਣਾ ਡਾਇਟ ਕੰਟਰੋਲ ਅਤੇ ਤੁਹਾਡਾ ਐਕਸਰਸਾਈਜ਼ ਟੂ ਸਮ ਐਕਸਟੈਂਟ ਕਰਨਾ ਪਏਗਾ ਬਿਫੋਰ ਦ ਸਰਜਨ ਵਿਲ ਈਵਨ ਟੱਚ ਯੂ ਟੂ ਸਟਾਰਟ ਯੂ ਨੋ ਕੰਸੀਡਰ ਯੂ ਫੋਰ ਸਰਜਰੀ। ਪਰ ਜਿਹੜੀਆਂ ਦਵਾਈਆਂ ਦੀ ਗੱਲ ਕਰ ਰਹੇ ਸੀ ਆਪਾਂ, ਦਵਾਈਆਂ ਡਿਫਰੈਂਟ ਕੈਟੇਗਰੀਜ਼ ਦੀਆਂ ਦਵਾਈਆਂ ਆਉਂਦੀਆਂ, ਦਵਾਈਆਂ ਇੱਦਾਂ ਦੀਆਂ ਜਿਹੜੀਆਂ ਕਿ ਤੁਹਾਨੂੰ ਭੁੱਖ ਘੱਟ ਲਗਾਉਂਦੀਆਂ, ਦੈਟ ਵਰਕ ਔਨ ਯੂਰ ਬ੍ਰੇਨ ਐਪੇਟਾਈਟ ਸੈਂਟਰ, ਅਤੇ ਉਹਦੇ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਅਤੇ ਦੂਜੀਆਂ ਦਵਾਈਆਂ ਨੇ ਜਿਹੜੀਆਂ ਕਿ ਤੁਹਾਡੀਆਂ ਸਟਮਕ 'ਤੇ ਕੰਮ ਕਰਦੀਆਂ, ਜੇ ਸਲੋ ਡਾਊਨ ਦ ਗੈਸਟਿਕ ਐਮਟਿੰਗ, ਅਤੇ ਉਹਦੇ ਨਾਲ ਤੁਹਾਨੂੰ ਅਗੇਨ ਭੁੱਖ ਛੇਤੀ ਨਹੀਂ ਲੱਗਦੀ। ਸੋ ਡਿਫਰੈਂਟ ਕਾਇੰਡਸ ਆਫ ਮੈਡੀਸਨਸ ਆ ਦੇਅਰ, ਦੇ ਡੈਫਨਲੀ ਹੈਵ ਸਾਈਡ ਇਫੈਕਟਸ। ਜ਼ਿਆਦਾਤਰ ਦਵਾਈਆਂ ਦਾ ਸਾਈਡ ਇਫੈਕਟਸ ਹੁੰਦਾ ਜਾਂ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਰੇਜ਼ ਹੋ ਸਕਦਾ। ਸੋ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਆਲਰੇਡੀ ਜ਼ਿਆਦਾ ਹੈਗਾ ਤਾਂ ਸਾਨੂੰ ਉਹ ਕੰਸਿਡਰ ਕਰਨਾ ਪੈਂਦਾ ਬਿਫੋਰ ਵੀ ਗਿਵ ਦੀਜ਼ ਮੈਡੀਸਨਸ। ਬਟ ਦੇ ਡੂ ਵਰਕ, ਦੇ ਆਰ ਸਕਸੈਸਫੁਲ ਐਜ਼ ਵੈਲ ਐਜ਼ ਲੌਂਗ ਐਜ਼ ਵੀ ਮੋਨੀਟਰ ਦੈਮ ਕਲੋਜ਼ਲੀ ਐਂਡ ਦੇ ਆਰ ਯੂਜ਼ਡ ਅੰਡਰ ਆਬਜ਼ਰਵੇਸ਼ਨ। ਦਵਾਈਆਂ ਤੋਂ ਬਾਅਦ ਤੁਸੀਂ ਸਰਜਰੀ ਦੀ ਗੱਲ ਕੀਤੀ, ਜਿਹਨੂੰ ਆਪਾਂ ਬਰੀਆਟ੍ਰਿਕ ਸਰਜੀਕਲ ਪ੍ਰੋਸੀਜਰ ਕਹਿੰਦੇ ਆ, ਹਾਂਜੀ। ਸੋ ਥੋੜ੍ਹਾ ਜਿਹਾ ਦੱਸੋ ਵੀ ਕਿੰਨੇ ਕੁ ਸਕਸੈਸਫੁਲ ਹੈ ਜਿਹੜੀ ਸਰਜਰੀ, ਕਿੰਨੀ ਕੁ ਕਾਮਯਾਬ ਹੈਗੀ ਹੈ? ਡਾਕਟਰ ਸਾਹਿਬ, ਸਰਜਰੀ ਸਕਸੈਸਫੁਲ ਕਾਫੀ ਹੈ। ਦੇ ਡਿਫਰੈਂਟ ਕਾਇੰਡਸ ਆਫ ਸਰਜਰੀਜ਼ ਅਵੇਲੇਬਲ। ਇੱਕ ਤਾਂ ਹੈਗੀ ਹੈ ਸਟਮਕ ਸਟੇਪਲਿੰਗ, ਜਿਹਦੇ 'ਚ ਕਿ ਸਟਮਕ ਸਟੇਪਲ ਕਰ ਦਿੰਦੇ ਨੇ ਜਾਂ ਫਿਰ ਬੈਂਡ ਪਾ ਦਿੰਦੇ ਨੇ ਜਾਂ ਫਿਰ ਤੁਹਾਡਾ ਬਾਈਪਾਸ ਕਰ ਦਿੰਦੇ ਨੇ ਪੂਰਾ। ਸੋ ਮੈਨੂੰ ਇਹ ਲੱਗਦਾ ਕਿ ਸਕਸੈਸ ਡੈਫੀਨੇਟਲੀ ਹੈਗਾ। ਤੁਸੀਂ ਯੂ ਕੈਨ ਕੱਟ ਡਾਊਨ ਯੋਰ ਡਾਇਬੀਟੀਜ਼ ਰਿਸਕ ਬਾਈ ਆਲਮੋਸਟ 50% ਇਨ ਸਮ ਆਫ ਦੋਜ਼ ਕੇਸਿਸ, ਬਟ ਦੇ ਆਲ ਕਮ ਵਿਦ ਅ ਬੰਚ ਆਫ ਸਾਈਡ ਇਫੈਕਟਸ ਐਂਡ ਯੂ ਹੈਵ ਟੂ ਟਾਕ ਟੂ ਯੋਰ ਡਾਕਟਰ। ਤੁਹਾਨੂੰ ਆਪਦੀਆਂ ਗੱਲਾਂ ਸਾਰੀਆਂ ਅੰਡਰਸਟੈਂਡ ਕਰਨੀਆਂ ਪੈਣਗੀਆਂ ਪਹਿਲਾਂ, ਬਿਕੋਜ਼ ਕੰਪਲੀਕੇਸ਼ਨਸ ਹੋ ਸਕਦੀਆਂ ਬਾਅਦ ਵਿੱਚ ਜਿਹੜੀਆਂ ਕਿ ਤੁਸੀਂ ਯੂ ਮੇ ਨਾਟ ਬੀ ਪ੍ਰਿਪੇਅਰਡ ਜੇ ਤੁਸੀਂ ਅੱਛੀ ਤਰ੍ਹਾਂ ਉਹਦੀ ਰਿਸਰਚ ਨਹੀਂ ਕੀਤੀ। ਸੋ ਡੈਫਨਲੀ ਸਕਸੈਸ ਰੇਟ ਤਾਂ ਹੈਗੀ ਹੈ। ਮੈਂ ਇੱਕ ਹੋਰ ਗੱਲ ਕਰਨਾ ਚਾਹਵਾਂਗੀ ਕਿ ਦੇਰ ਇਜ਼ 2 ਕਾਇੰਡਸ ਆਫ ਓਬੀਸਿਟੀ। ਇੱਕ ਤਾਂ ਹੈਗੀ ਹੈ ਵਿਸਰਲ ਫੈਟ, ਵਿਚ ਇਜ਼ ਅਰਾਊਂਡ ਆਰ ਔਰਗਨਸ, ਜਿਹੜੇ ਸਾਡੇ ਆਂਤਾਂ ਦੇ ਅਤੇ ਲਿਵਰ ਦੇ ਅਰਾਊਂਡ ਫੈਟ ਹੁੰਦਾ। ਅਤੇ ਦੂਸਰਾ ਫੈਟ ਹੁੰਦਾ ਸਬਕੁਟੇਨੀਅਸ ਫੈਟ। ਸਬਕੁਟੇਨੀਅਸ ਫੈਟ ਹੈਗਾ ਜਿਹੜਾ ਕਿ ਤੁਹਾਨੂੰ ਬਾਹਰੋਂ ਨਜ਼ਰ ਆ ਰਿਹਾ ਪਰ ਅੰਦਰ ਇੰਨਾ ਨਹੀਂ ਹੈ। ਸੋ ਜਿਹੜਾ ਸਬਕੁਟੇਨੀਅਸ ਫੈਟ ਹੈ ਜਿਹੜਾ ਕਿ ਬਾਹਰੋਂ ਨਜ਼ਰ ਆ ਰਿਹਾ, ਉਹ ਇੰਨਾ ਨੁਕਸਾਨ ਨਹੀਂ ਕਰਦਾ ਸਰੀਰ ਨੂੰ, ਉਹ ਤੁਹਾਡੀ ਮੈਡੀਕਲ ਕੰਡੀਸ਼ਨਸ ਨੂੰ ਰਿਸਕ 'ਤੇ ਨਹੀਂ ਰੱਖਦਾ। ਬਟ ਜਿਹੜਾ ਤੁਹਾਡਾ ਅੰਦਰ ਵਾਲਾ ਫੈਟ ਹੈ ਵਿਚ ਇਜ਼ ਅਰਾਊਂਡ ਯੋਰ ਲਿਵਰ ਅਰਾਊਂਡ ਯੋਰ ਪੈਨਕ੍ਰੀਆਜ਼, ਉਹ ਤੁਹਾਡੇ ਇੰਸੂਲਿਨ ਨੂੰ ਅੱਛੀ ਤਰ੍ਹਾਂ ਕੰਮ ਨਹੀਂ ਕਰਨ ਦਿੰਦਾ, ਉਹ ਤੁਹਾਨੂੰ ਜ਼ਿਆਦਾ ਹਾਰਟ ਅਟੈਕ ਦੇ ਰਿਸਕ ਕਰਦਾ। ਸੋ ਜਿਹੜੇ ਸਰਜਰੀਜ਼ ਕਰਦੇ ਨੇ ਗੈਸਟ੍ਰਿਕ ਬਾਈਪਾਸ, ਉਹਦੇ ਨਾਲ ਤਾਂ ਤੁਹਾਡਾ ਓਵਰ ਟਾਈਮ ਅੰਦਰ ਵਾਲਾ ਫੈਟ, ਵਿਸਰਲ ਫੈਟ ਵੀ ਘੱਟਦਾ ਹੈ। ਪਰ ਕਈ ਲੋਕ ਲਾਈਪੋਸਕਸ਼ਨ ਵਗੈਰਾ ਲਈ ਜਾਂਦੇ ਨੇ, ਜੇ ਉਹਦੇ ਨਾਲ ਸਿਰਫ ਤੁਹਾਡਾ ਬਾਹਰ ਵਾਲਾ ਫੈਟ ਘੱਟਦਾ, ਸੋ ਉਸ ਚੀਜ਼ ਨਾਲ ਤੁਹਾਨੂੰ ਡਾਇਬੀਟੀਜ਼ ਰਿਸਕ ਘਟੇਗੀ ਨਹੀਂ, ਉਹ ਤੁਹਾਨੂੰ ਇੰਨਾ ਫਰਕ ਫਾਇਦਾ ਨਹੀਂ ਦਿੰਦੀ। ਟਾਈਮ ਥੋੜ੍ਹਾ ਘੱਟ ਰਿਹਾ ਹੈਗਾ, ਤੁਸੀਂ ਇਹ ਦੱਸੋ ਵੀ ਅੱਜ ਕੱਲ੍ਹ ਆਪਣੀਆਂ ਪਾਰਟੀਆਂ ਦੇ ਈਵਨ ਗੁਰੂ ਘਰਾਂ 'ਚ ਵੀ ਬਹੁਤ ਜ਼ਿਆਦਾ ਫਰਾਈਡ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਰਵ ਕੀਤੀਆਂ ਜਾਂਦੀਆਂ, ਕੋਈ ਤੁਹਾਡਾ ਇਹਦੇ ਬਾਰੇ ਸੁਜੈਸ਼ਨ ਹੋਵੇ? ਆਈ ਥਿੰਕ ਆਪਾਂ ਨੂੰ ਸਭ ਨੂੰ ਬਹੁਤ
ਸੋਚਣੀ ਬਦਲਣੀ ਪੈਣੀ ਹੈ ਆਪਣੀ, ਬਿਕੋਜ਼ ਆਈ ਥਿੰਕ ਲੋਕ ਬੜੇ ਇਮੋਸ਼ਨਲ ਹੋ ਕੇ ਸੋਚਦੇ ਨੇ ਕਿ ਅਸੀਂ ਖਾਤਰਦਾਰੀ ਕਰ ਰਹੇ ਹਾਂ, ਲੈਟ ਇਟ ਬੀ ਗੁਰਦੁਆਰਾ, ਲੈਟ ਇਟ ਬੀ ਪਾਰਟੀ ਔਰ ਵਟਐਵਰ, ਭੁੱਖ ਇੰਨੀ ਨਹੀਂ ਹੁੰਦੀ ਜਿੰਨੀ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦੇ ਹਾਂ. ਸੋ ਆਈ ਥਿੰਕ ਪ੍ਰੀ ਪਲੈਨਿੰਗ ਔਨ ਵਟ ਯੂ ਗੋਇੰਗ ਟੂ ਬੀ ਪਲੈਨਿੰਗ, ਉੱਥੇ ਤੁਸੀਂ ਜਾ ਕੇ ਕਿੰਨਾ ਖਾਣਾ ਹੈ ਇਹ ਤੁਹਾਡੇ ਹੱਥ 'ਚ ਹੈ. ਸੋ ਪਹਿਲੀ ਗੱਲ ਤਾਂ ਸਾਨੂੰ ਆਪਣੀ ਪਲੈਨਿੰਗ ਬੈਟਰ ਮੈਨਿਊ ਚੇਂਜ ਕਰਨਾ ਚਾਹੀਦਾ. ਜੇ ਤੁਸੀਂ ਮੈਨਿਊ ਦੂਸਰਾ ਬੰਦਾ ਨਹੀਂ ਚੇਂਜ ਕਰ ਰਿਹਾ, ਤੁਸੀਂ ਆਪ ਸੋਚ ਕੇ ਜਾਓ ਮੈਂ ਕੀ ਖਾਣਾ ਅਤੇ ਕਿੰਨਾ ਖਾਣਾ. ਐਂਡ ਗਿਵ ਯੂਰ ਸੈਲਫ ਟਾਈਮ. ਆਈ ਥਿੰਕ ਵਨ ਆਫ ਦ ਇੰਪੋਰਟੈਂਟ ਥਿੰਗਸ ਆਈ ਵਾਂਟਡ ਟੂ ਸੇ ਵਾਜ਼ ਕਿ ਸਪੂਨ ਜਾਂ ਫੋਰਕ ਆਪਣਾ ਨੀਚੇ ਰੱਖੋ, ਦੋ ਮਿੰਟ ਗੱਲ ਕਰ ਲਓ, ਪੇਟ ਨੂੰ ਲਿਸਨ ਕਰੋ, ਲਿਸਨ ਟੂ ਯੋਰ ਹਾਰਮੋਨਸ ਐਂਡ ਯੋਰ ਹੰਗਰ ਐਂਡ ਵਟ ਯੂਅਰ ਗੋਇੰਗ ਥਰੂ, ਐਂਡ ਹੈਵ ਵਾਟਰ ਇਨ ਬਿਟਵੀਨ, ਪਾਣੀ ਪੀਓ. ਅਤੇ ਡਬਲ ਸਰਵਿੰਗ ਲਈ ਜਾ ਸਕਦੇ ਅਨਲੈਸ ਯੂ ਗਿਵ ਯੂਅਰ ਸੈਲਫ ਫਿਊ ਮਿੰਟਸ. ਸੋ ਆਈ ਥਿੰਕ ਦੇ ਆਰ ਲੋਟ ਆਫ ਥਿੰਗਸ ਵੀ ਕੈਨ ਡੂ ਟੂ ਹੈਲਪ ਲੂਜ਼ ਵੇਟ, ਬਟ ਤੁਹਾਡੀ ਆਪਦੀ ਪਰਸਨਲ ਕਮਿਟਮੈਂਟ ਅਤੇ ਆਪਣੀ ਯੂ ਸ਼ੁੱਡ ਬੀ ਰੈਡੀ ਫੋਰ ਦੈਟ. ਆਈ ਥਿੰਕ ਦੈਟਸ ਵਾਟ. ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣਾ ਦੱਸਿਆ ਵੀ ਜਿਹੜਾ ਸਾਡਾ ਸਰੀਰ ਆ ਇਸ ਤੋਂ ਜ਼ਿਆਦਾ ਕੀਮਤੀ ਚੀਜ਼ ਕੋਈ ਨਹੀਂ ਆ. ਆਪਾਂ ਘਰਨਾਮਾ ਲੈ ਸਕਦੇ ਹਾਂ, ਕਾਰਨਾਮੀ ਲੈ ਸਕਦੇ ਹਾਂ, ਜ਼ਿੰਦਗੀ ਦੇ ਹੋਰ ਪਦਾਰਥਾਂ ਉਹ ਆਪਾਂ ਨਵੇਂ ਖਰੀਦ ਸਕਦੇ ਹਾਂ, ਪਰ ਜਿਹੜੀ ਬਾਡੀ ਆ ਜਾਂ ਸਾਡਾ ਸਰੀਰ ਰੱਬ ਨੇ ਸਾਨੂੰ ਬਖਸ਼ਿਆ ਹੈਗਾ, ਇੱਕ ਵਾਰੀ ਇਹ ਡੈਮੇਜ ਹੋ ਗਿਆ ਇਹਨੂੰ ਰਿਪੇਅਰ ਵੀ ਕੀਤਾ ਜਾ ਸਕਦਾ ਪਰ ਕਾਫੀ ਮੁਸ਼ਕਲ ਹੋ ਜਾਂਦਾ. ਸੋ ਸਿੰਪਲ ਜੀ ਗੱਲ ਆ, ਗੱਲਾਂ ਬੜੀਆਂ ਸੌਖੀਆਂ ਕਰਨੀਆਂ ਪਰ ਉਹਨਾਂ ਨੂੰ ਫੋਲੋ ਕਰਨਾ ਬੜਾ ਮੁਸ਼ਕਲ ਆ. ਮੋਟਾਪਾ ਇੱਕ ਬਿਮਾਰੀ ਆ, ਇਸ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਸਮਝਣਾ ਚਾਹੀਦਾ ਅਤੇ ਹਰ ਐਫਰਟ ਕਰਨਾ ਚਾਹੀਦਾ ਵੀ ਆਪਾਂ ਇਸ ਚੀਜ਼ ਨੂੰ ਜਿੰਨਾ ਘਟਾ ਸਕੀਏ ਜਿਹਦੇ ਨਾਲ ਕਿ ਆਪਣਾ ਜਿਹੜਾ ਸਰੀਰ ਆ ਉਹ ਤੰਦਰੁਸਤ ਰਹੇ, ਚੜ੍ਹਦੀ ਕਲਾ 'ਚ ਰਹੇ. ਸੋ ਡਾਕਟਰ ਸਾਹਿਬ, ਟਾਈਮ ਮੁੱਕ ਗਿਆ ਹੈਗਾ, ਜੇ ਤੁਸੀਂ ਕੋਈ ਅੱਧੇ ਕੁ ਮਿੰਟ 'ਚ ਕੋਈ ਫਾਈਨਲ ਵਰਡ, ਕੋਈ ਫਾਈਨਲ ਰਿਮਾਰਕਸ ਦੇਣਾ ਚਾਹੁੰਦੇ ਹੋ? ਆਈ ਥਿੰਕ ਫਾਈਨਲ ਰਿਮਾਰਕਸ ਇਹ ਹੈ ਕਿ ਮੋਟਾਪਾ ਤੋਂ ਬਚਿਆ ਜਾ ਸਕਦਾ. ਦੂਸਰੀ ਗੱਲ, ਜੇ ਮੋਟਾਪਾ ਹੈ ਤਾਂ ਉਹਦਾ ਇਲਾਜ ਵੀ ਹੈ, ਪ੍ਰੋਵਾਈਡਡ ਤੁਸੀਂ ਐਫਰਟ ਕਰਨਾ ਚਾਹੁੰਦੇ ਹਾਂ ਅਤੇ ਤੁਸੀਂ ਰੈਡੀ ਹੈਗੇ ਹਾਂ ਆਪਦੇ ਲਈ ਚੇਂਜ ਕਰਨ ਲਈ. ਸਹੀ ਐਡਵਾਈਸ ਲੈਂਦੇ, ਸਹੀ ਐਡਵਾਈਸ ਲੈਂਦੇ ਹਾਂ ਅਤੇ ਤੁਸੀਂ ਲੰਮੀ ਸੋਚਦੇ ਹਾਂ, ਨੋਟ ਫੋਰ ਟੂਡੇ, ਨੋਟ ਫੋਰ ਟੁਮੋਰੋ, ਬਟ ਅਗਲੇ ਜਿਹੜੇ ਸਾਲ ਆਉਣੇ ਆ. ਨਹੀਂ ਤਾਂ ਤੁਸੀਂ ਬੜਾ ਦੇਖਿਆ ਜਾ ਰਿਹਾ ਕਿ ਅੱਜ ਕੱਲ੍ਹ ਜਨਰੇਸ਼ਨਸ ਘਟੀ ਜਾ ਰਹੀਆਂ, ਉਮਰਾਂ ਘਟੀ ਜਾ ਰਹੀਆਂ ਲੋਕਾਂ ਦੀਆਂ ਮੋਟਾਪੇ ਦੀ ਕੰਪਲੀਕੇਸ਼ਨਸ ਕਰਕੇ. ਸੋ ਇਹਨਾਂ ਚੀਜ਼ਾਂ ਨੂੰ ਬਚਿਆ ਜਾ ਸਕਦਾ. ਸੋ ਡਾਕਟਰ ਸਾਹਿਬ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਧੰਨਵਾਦ. ਸਾਨੂੰ ਉਮੀਦ ਹੈ ਕਿ ਸਾਡੇ ਸਰੋਤੇ ਅੱਜ ਦੇ ਜੋ ਸਾਡੀ ਗੱਲਬਾਤ ਤੋਂ ਕੋਈ ਫਾਇਦਾ ਉਠਾਉਣਗੇ, ਅਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ. ਸਤਿ ਸ਼੍ਰੀ ਅਕਾਲ.